ਸਤਿ ਸ਼੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ ਪ੍ਰੋਗਰਾਮ 'ਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਕਮਲਰੀਤ। ਸਟੋਰੀ ਆਫ ਦਾ ਡੇ 'ਚ ਅੱਜ ਕੱਲ੍ਹ ਹੋਏਗੀ ਹਰਿਮੰਦਰ ਸਾਹਿਬ ਗਲਿਆਰੇ ਦੇ ਬਾਹਰ ਮੂਰਤੀਆਂ ਤੋੜਨ ਵਾਲੇ ਵਿਵਾਦ ਬਾਰੇ। ਇਸ ਮਾਮਲੇ 'ਚ ਹੁਣ ਤੱਕ ਕੀ ਮੋੜ ਆਏ, ਕਿਸ ਕਿਸ ਨੇ ਕੀਤਾ ਵਿਰੋਧ ਅਤੇ ਕਿਸ ਨੇ ਕੀਤਾ ਸਮਰਥਨ ਅਤੇ ਕਿੱਥੇ ਕਿੱਥੇ ਹੋਈ ਸਿਆਸਤ। ਅੰਮ੍ਰਿਤਸਰ ਦਾ ਵਿਰਾਸਤੀ ਗਲਿਆਰਾ ਅਤੇ ਹੈਰੀਟੇਜ ਸਟਰੀਟ ਬਣੀਆਂ ਵਿਰਾਸਤੀ ਮੂਰਤੀਆਂ ਬੁੱਤ ਖਿੱਚ ਦਾ ਕੇਂਦਰ ਸਨ। ਵਿਰਾਸਤੀ ਗਲੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਸਨ, ਹੁਣ ਇਹ ਬੁੱਤ ਵਿਵਾਦ ਦਾ ਕਾਰਨ ਬਣ ਗਏ ਨੇ। ਲੰਘੇ ਦਿਨੀ ਇਹਨਾਂ ਬੁੱਤਾਂ ਦੀ ਭੰਨ ਤੋੜ ਕੀਤੀ ਗਈ, ਮਾਮਲਾ ਪੁਲਿਸ ਤੱਕ ਪਹੁੰਚਿਆ। ਗ੍ਰਿਫਤਾਰੀਆਂ ਹੋਈਆਂ ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ। ਪਾਸੇ ਪੰਜਾਬ ਵਿੱਚ ਬੇਅਦਬੀਆਂ ਮਾਮਲਿਆਂ ਦੇ ਦੋਸ਼ੀਆਂ ਨੂੰ ਬਿਨਾਂ ਕੋਈ ਸਜ਼ਾ ਦਿੱਤੇ ਐਸ਼ ਕਰਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਵਿਰਾਸਤੀ ਮਾਰਗ 'ਤੇ ਲੱਗੇ ਬੁੱਤ ਤੋੜਨ ਵਾਲਿਆਂ ਨੂੰ ਧਾਰਾ 307 ਲਾ ਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ। ਬੁੱਤ ਤੋੜਨ ਵਾਲਿਆਂ ਲਈ ਇਰਾਦਾ ਏ ਕਤਲ ਦਾ ਕਾਨੂੰਨ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਲਈ ਕੋਈ ਕਾਨੂੰਨ ਨਹੀਂ। ਦਰਬਾਰ ਸਾਹਿਬ ਦੇ ਬਾਹਰ ਵਿਰਾਸਤੀ ਬੁੱਤ ਤੋੜਨ ਵਾਲਿਆਂ 'ਤੇ 307 ਦਾ ਪਰਚਾ ਕਰਨ ਦਾ ਮਾਮਲਾ ਗਰਮਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਇਸ ਪਰਚੇ ਨੂੰ ਨਜਾਇਜ਼ ਠਹਿਰਾਉਂਦਿਆਂ ਮੀਟਿੰਗ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਉੱਥੋਂ ਬੁੱਤ ਨਾ ਹਟਾਏ ਗਏ ਅਤੇ ਫਰਜ਼ੀ ਪਰਚੇ ਰੱਦ ਨਾ ਕੀਤੇ ਗਏ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਅੱਜ ਦੀ ਮੀਟਿੰਗ ਵਿੱਚ ਜਿਹੜਾ ਸਾਰਿਆਂ ਦੇ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਦੇ ਸੰਬੰਧ ਜਿਹੜੇ ਬੁੱਤ ਤੋੜੇ ਗਏ ਨੇ, ਜਿਹਨਾਂ ਨੌਜਵਾਨਾਂ ਦੇ ਸੰਬੰਧ ਵਿੱਚ ਪਹਿਲਾਂ ਵੀ ਇੱਕ ਮੀਟਿੰਗ ਜਿਹੜੀ ਆ ਗੁਰਦੁਆਰਾ ਸੰਤੋਖਸਰ ਸਾਹਿਬ ਹੋਈ ਹੈ, ਦੁਬਾਰਾ ਫਿਰ 22 ਤਰੀਕ ਨੂੰ ਗੁਰਦੁਆਰਾ ਸੰਤੋਖਸਰ ਸਾਹਿਬ 12 ਵਜੇ ਉੱਥੇ ਮੀਟਿੰਗ ਰੱਖੀ ਗਈ ਹੈ। ਕਿਉਂਕਿ ਕੁਛ ਜਥੇਬੰਦੀਆਂ ਜਿਸ ਤਰ੍ਹਾਂ ਕਿ ਉਸ ਦਿਨ ਆਈਆਂ ਸਨ ਅਤੇ ਸਾਨੂੰ ਨਹੀਂ ਸੀ ਪਤਾ, ਅੱਜ ਦੀ ਮੀਟਿੰਗ ਦੇ ਵਿੱਚ ਵੀ ਬਹੁਤ ਸਾਰੀਆਂ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ, ਪਰ ਫਿਰ ਵੀ ਇੱਕ ਤਾਂ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਉਹਨਾਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਅਤੇ ਜਿਹੜੀਆਂ ਪਹਿਲੀ ਜਥੇਬੰਦੀ ਮੀਟਿੰਗ ਵਿੱਚ ਜਾਂ ਅੱਜ ਵਾਲੀ ਮੀਟਿੰਗ 'ਚ ਜਿਹੜੇ ਨਹੀਂ ਆਏ ਉਹਨਾਂ ਨੂੰ ਖੁੱਲ੍ਹਾ ਸੱਦਾ ਪੱਤਰ ਦੇ ਕੇ ਅਤੇ ਅਸੀਂ 22 ਤਰੀਕ ਸੰਤੋਖਸਰ ਸਾਹਿਬ 12 ਵਜੇ ਮੀਟਿੰਗ ਰੱਖੀ ਆ। ਉਸ ਮੀਟਿੰਗ ਦੇ ਵਿੱਚ ਅਗਲਾ ਜਿਹੜਾ ਪ੍ਰੋਗਰਾਮ ਉਹ ਸਾਰਿਆਂ ਦੇ ਨਾਲ ਰਹਿ ਮਸ਼ਵਰਾ ਕਰਕੇ ਕੀਤਾ ਜਾਵੇਗਾ ਕਿ ਇਹ ਜਿਹੜੇ ਬੁੱਤ ਨੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇੱਥੋਂ ਜਿਹੜਾ ਉਹ ਹਟਾਇਆ ਜਾਵੇ, ਕਿਸ ਤਰ੍ਹਾਂ ਦਾ ਐਕਸ਼ਨ ਕਰਨਾ, ਨੌਜਵਾਨਾਂ ਦੀ ਰਿਹਾਈ ਔਰ ਇਹਦੇ ਨਾਲ ਜਿਹੜਾ ਕਿ ਰੇਲਵੇ ਸਟੇਸ਼ਨ ਦੀ ਪੁਰਾਣੀ ਸਿੱਖ ਵਿਰਸੇ ਨਾਲ ਜੁੜੀ ਹੋਈ ਦੇਖ ਨੂੰ ਉੱਥੋਂ ਖਤਮ ਕਰਕੇ ਉੱਥੇ ਕਮਲ ਦੇ ਫੁੱਲ ਨੂੰ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ ਔਰ ਇਹਦੇ ਨਾਲ ਹੀ ਜੋ ਕਿ ਜਲ੍ਹਿਆਂਵਾਲਾ ਬਾਗ ਦਾ ਮਸਲਾ ਉਹ ਵੀ ਬੜਾ ਵੱਡਾ ਹੈ। ਇਸ ਜਥੇਬੰਦੀਆਂ ਦਾ ਸਾਥ ਦੇਣ ਲਈ ਲੱਖਾ ਸਿਧਾਣਾ ਵੀ ਪਹੁੰਚੇ ਅਤੇ 307 ਦੇ ਪਰਚੇ ਨੂੰ ਨਜਾਇਜ਼ ਦੱਸਿਆ। ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਇਹ ਤੈਅ ਹੋਇਆ ਕਿ 22 ਤਰੀਕ ਦੀ ਇੱਕ ਮੀਟਿੰਗ ਰੱਖੀ ਗਈ ਹੈ, ਉਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਵੱਖ ਵੱਖ ਉਹਨਾਂ ਨੂੰ ਸੱਦਾ ਦਿੱਤਾ ਗਿਆ ਤਾਂ ਕਿ ਸਾਰਿਆਂ ਦੀ ਜਿਹੜੀ ਰਾਏ ਸਾਰਿਆਂ ਨਾਲ ਮਸ਼ਵਰਾ ਕਰਕੇ ਅਤੇ ਉਹ ਬੁੱਤਾਂ ਨੂੰ ਕਿਵੇਂ ਚੱਕਣਾ ਹੈ, 307 ਜਿਹੜੀ ਨਜਾਇਜ਼ ਇੱਕ ਧਾਰਾ ਲਾਈ ਗਈ ਨੌਜਵਾਨਾਂ 'ਤੇ ਉਹਨੂੰ ਕਿਵੇਂ ਰੱਦ ਕਰਾਉਣਾ, ਸਾਰੀਆਂ ਗੱਲਾਂ ਕਰਕੇ ਅੱਜ ਇਹ ਇੱਥੇ ਮੀਟਿੰਗ ਹੋਈ ਹੈ। ਅਤੇ ਅਗਲਾ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਗੁਰਦੁਆਰਾ ਸੰਤੋਖਸਰ ਸਾਹਿਬ ਦਾ ਉਹ 22 ਤਰੀਕ ਦਾ ਪ੍ਰੋਗਰਾਮ ਹੈਗਾ, ਉਹਦੇ ਵਿੱਚ ਰੇਲਵੇ ਸਟੇਸ਼ਨ ਦੀ ਗੱਲ ਵੀ ਹੈਗੀ ਹੈ। ਰੇਲਵੇ ਸਟੇਸ਼ਨ ਨੂੰ ਢਾਹ ਕੇ ਜਿਹੜਾ ਇਹ ਕਹਿੰਦੇ ਕਿ ਅਸੀਂ ਉਹਨੂੰ ਦਿੱਖ ਨਵੀਂ ਦੇਣੀ ਹੈ, ਕਮਲ ਦੇ ਫੁੱਲ ਦੀ ਦਿੱਖ ਦੇਣੀ ਹੈ, ਜਲ੍ਹਿਆਂਵਾਲੇ ਬਾਗ ਦੇ ਅੱਗੇ ਲੱਗਿਆ ਹੋਇਆ ਬੁੱਤ ਸਰਦਾਰ ਸ਼ਹੀਦ ਊਧਮ ਸਿੰਘ ਦਾ, ਤਾਂ ਉਹਨੂੰ ਇਹਨਾਂ ਨੇ ਗੁਣ ਢੱਕਤਾ
ਸਮਰਾ ਪਾ ਕੇ, ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਇੱਥੇ ਵਿਚਾਰੀਆਂ ਗਈਆਂ ਵੱਖ ਵੱਖ ਜਥੇਬੰਦੀਆਂ ਵੱਲੋਂ, ਤਾਂ ਇਹਦੇ ਲਈ ਇੰਨਾ ਇਹ ਹੋਇਆ ਕਿ ਅੱਜ ਬਹੁਤ ਜਥੇਬੰਦੀਆਂ ਪਹੁੰਚ ਨਹੀਂ ਸਕੀਆਂ ਕਿਉਂਕਿ ਸੁਨੇਹੇ ਨਹੀਂ ਲੱਗੇ, ਕਈ ਕਾਰਨ ਰਹੇ ਨੇ। ਸਰ 22 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਨੂੰ ਸੁਨੇਹੇ ਲੱਗ ਕੇ ਅਤੇ ਅਗਲਾ ਜਿਹੜਾ ਕੋਈ ਵੀ ਪ੍ਰੋਗਰਾਮ ਦੇਣਾ ਤਾਂ 22 ਤਰੀਕ ਨੂੰ। ਦਰਅਸਲ ਸਿੱਖ ਜਥੇਬੰਦੀਆਂ ਇਹਨਾਂ ਬੁੱਤਾਂ ਦਾ ਵਿਰੋਧ ਕਰ ਰਹੀਆਂ ਨੇ। ਲਗਾਤਾਰ ਇਹਨਾਂ ਜਥੇਬੰਦੀਆਂ ਵੱਲੋਂ ਦਰਬਾਰ ਸਾਹਿਬ ਜਾਂਦੇ ਇਸ ਰਸਤੇ ਤੇ ਬਣੇ ਗਿੱਧਾ ਭੰਗੜਾ ਪਾਉਣ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਣ ਵਾਲੇ ਬੁੱਤਾਂ ਦਾ ਵਿਰੋਧ ਕੀਤਾ ਜਾ ਰਿਹਾ। ਇਹਨਾਂ ਬੁੱਤਾਂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬੁੱਤ ਤੋੜਨ ਵਾਲੇ ਇਹਨਾਂ ਨੌਜਵਾਨਾਂ ਖਿਲਾਫ ਧਾਰਾ 307 ਦੇ ਆਧਾਰ ਤੇ, ਯਾਨੀ ਕਿ ਇਰਾਦਾ ਏ ਕਤਲ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਤੇ ਸਿੱਖ ਜਥੇਬੰਦੀਆਂ ਰੋਸ ਚ ਨੇ, ਉੱਥੇ ਹੀ ਮਾਮਲੇ ਤੇ ਸਿਆਸਤ ਵੀ ਪੱਖੀ ਹੋਈ ਹੈ। ਵਿਰੋਧੀਆਂ ਵੱਲੋਂ ਵੀ ਇਸ ਮਾਮਲੇ ਤੇ ਸਰਕਾਰ ਨੂੰ ਕੜੇ ਹੱਥੀ ਲਿਆ ਜਾ ਰਿਹਾ। ਪੰਜਾਬ 'ਚ ਹੁਣ ਤੱਕ ਬੇਅਦਬੀ ਮਾਮਲਿਆਂ 'ਚ ਇਨਸਾਫ ਨਾ ਮਿਲਣ ਅਤੇ ਦੂਜੇ ਪਾਸੇ ਬੁੱਤ ਤੋੜਨ ਤੇ 307 ਦੀ ਧਾਰਾ ਦੇ ਸਾਰੇ ਪਾਸੇ ਹਾਲ ਦੁਹਾਈ ਪਈ ਹੋਈ ਹੈ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਮਨਿੰਦਰ ਮੰਨਾ ਨੇ ਵੀ ਸਰਕਾਰ ਨੂੰ ਇਸ ਮਾਮਲੇ 'ਤੇ ਰੱਜ ਕੇ ਪੰਡੇ। ਕੁਝ ਦਿਨਾਂ ਤੋਂ ਇਹ ਜਿਹੜੇ ਬੋਤਿਆ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਦੇ ਵਿੱਚ ਇਹਨਾਂ ਨੂੰ ਤੋੜਨ ਦਾ ਮੁੱਦਾ ਜਿਹੜਾ ਬੜਾ ਗੰਭੀਰ ਤੌਰ ਦੇ ਉੱਤੇ ਗਰਮਾਇਆ ਹੋਇਆ ਸੀਗਾ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਬੁੱਤ ਤੋੜਨ ਦੀ ਨੌਬਤ ਕਿਉਂ ਆਈ, ਉਹਨਾਂ ਨੂੰ ਇਹ ਕੋਸ਼ਿਸ਼ ਕਿਉਂ ਕਰਨੀ ਪਈ? ਮੈਂ ਤੋੜਨ ਦੀ ਮਹਿਤ ਨਹੀਂ ਕਰਦਾ, ਪਰ ਜੇ ਉਹਨਾਂ ਦੀ ਬਹੁਤ ਦੇਰ ਤੋਂ ਮੰਗ ਸੀਗੀ ਕਿ ਇਹ ਰਸਤੇ 'ਚੋਂ ਬੁੱਤ ਹਟਾ ਕੇ ਕਿਤੇ ਦੂਰ ਲਾ ਦਿੱਤੇ ਜਾਣ, ਤਾਂ ਐਡੀ ਕੋਈ ਲੰਮੀ ਚੌੜੀ ਮੰਗ ਨਹੀਂ ਸੀ ਉਹਨਾਂ ਦੀ ਹੈਗੀ, ਇਹਦੇ ਉੱਤੇ ਗੌਰ ਕਰਨਾ ਚਾਹੀਦਾ ਸੀਗਾ। ਪਰ ਬਦਕਿਸਮਤੀ ਆ ਸਾਡੇ ਸੂਬੇ ਦੀ, ਸਾਡੀ ਮੁਲਕ ਦੀ ਅਤੇ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਕਿ ਜਦੋਂ ਕੋਈ ਲੋਕ ਡਿਮਾਂਡ ਕਰਦੇ ਆ, ਨਾ ਤਾਂ ਉਹਦੇ ਉੱਤੇ ਸਰਕਾਰਾਂ ਗੌਰ ਕਰਦੀਆਂ ਅਤੇ ਨਾ ਇਹ ਸੰਸਥਾਵਾਂ ਗੌਰ ਕਰਦੀਆਂ, ਅਤੇ ਲੋਕਾਂ ਨੂੰ ਇਹੋ ਜਿਹੇ ਕਦਮ ਚੁੱਕਣੇ ਪੈਂਦੇ ਆ। ਇਹਦੇ ਨਾਲ ਨਾਲ ਬੁੱਤ ਟੁੱਟੇ ਵੀ ਨਹੀਂ, ਮੈਂ ਅੱਜ ਜਾ ਕੇ ਆਪ ਵੇਖੇ ਇੱਥੇ ਬੁੱਤ ਕਿ ਬੁੱਤ ਟੁੱਟੇ ਵੀ ਨਹੀਂ। ਔਰ ਇਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਸਿਰਫ ਥੜਿਆਂ ਦੇ ਉੱਤੇ ਜਿਹੜੇ ਥੌੜੇ ਮਾਰੇ, ਉਹਨਾਂ ਦੇ ਉੱਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। 307 ਦਾ ਮਤਲਬ ਹੈ ਕਿਸੇ ਦੇ ਉੱਤੇ ਕਾਤਲਾਨਾ ਹਮਲਾ, ਬਿਨਾਂ ਕਿਸੇ ਨੂੰ ਸੱਟ ਲੱਗੇ, ਬਿਨਾਂ ਬੁੱਤ ਟੁੱਟੇ, ਇੱਥੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। ਹੁਣ ਮੈਂ ਪੁੱਛਣਾ ਚਾਹੁੰਦਾ ਕਿ 3 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਬਾਈਬਲ ਕਲਾਂ ਦੇ ਵਿੱਚ ਪਾਠ ਕਰਦੇ ਲੋਕਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ, ਉੱਥੇ ਬੰਦੇ ਮਰੇ, ਔਰ ਅੱਜ ਤੱਕ ਨਾ 307 ਦਾ ਪਰਚਾ ਦਰਜ ਹੋਇਆ, ਨਾ 302 ਦਾ ਪਰਚਾ ਦਰਜ ਹੋਇਆ। ਤੁਸੀਂ ਇਹਨਾਂ ਨੌਜਵਾਨਾਂ 'ਤੇ ਪਰਚਾ ਦੇਣਾ ਸੀਗਾ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦਿੰਦੇ, ਤੁਸੀਂ ਇਹਨਾਂ 'ਤੇ ਪਰਚਾ ਦੇਣਾ ਸੀਗਾ ਡਿਊਟੀ 'ਚ ਵਿਘਨ ਪਾਉਣ ਦਾ ਦਿੰਦੇ, 307 ਦਾ ਪਰਚਾ ਕੋਲ ਦਰਜ ਕੀਤਾ ਗਿਆ। ਆਹ ਮੇਰੇ ਕੋਲ FIR ਦੀ ਕਾਪੀ ਆ ਜਿਹੜੀ ਦਰਜ ਕੀਤੀ ਗਈ ਹੈ, ਇਹਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਬਿਆਨ ਨੇ, ਔਰ ਉਹ ਕੀ ਲਿਖਦਾ ਉਹਦੇ ਵਿੱਚ ਕਿ ਅਸੀਂ ਭੰਗੜਾ ਪਾ ਰਹੇ ਬੁੱਤਾਂ ਦੀ ਰਾਖੀ ਕਰ ਰਹੇ ਸੀਗੇ, ਔਰ ਇਹਨਾਂ ਬੁੱਤਾਂ ਦੇ ਉੱਤੇ ਹਮਲਾ ਹੋਇਆ ਤਾਂ ਜੋ ਉਹਦੇ ਅਸੀਂ ਛਡਾਉਣ ਲੱਗੇ ਅਤੇ ਸਾਡੇ ਉੱਤੇ ਵੀ ਹਮਲਾ ਹੋ ਗਿਆ ਅਤੇ 307 ਦਾ ਪਰਚਾ ਦਰਜ ਕੀਤਾ ਜਾਵੇ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ, ਬਿਨਾਂ ਕਿਸੇ ਨੂੰ ਸੱਟ ਲੱਗਿਆ ਕਿਸੇ ਦੇ ਉੱਤੇ 307 ਦਾ ਪਰਚਾ ਕਿਸ ਤਰ੍ਹਾਂ ਦਰਜ ਹੋ ਸਕਦਾ? ਗੁਰੂ ਗ੍ਰੰਥ ਇਹਦੇ ਵਿੱਚ ਬੋਲਦੇ ਨੇ, ਲਿਖਦੇ ਨੇ ਕਿ ਬੁੱਤਾਂ ਦੀ ਰਾਖੀ ਕਰ ਰਹੇ ਸੀ ਅਸੀਂ। ਗੁਰੂ ਗ੍ਰੰਥ ਸਾਹਿਬ ਦੀ ਰਾਖੀ ਤਾਂ ਇਹਨਾਂ ਤੋਂ ਹੁੰਦੀ ਨਹੀਂ, ਸ਼ਹਿਰ 'ਚ ਇੰਨੀਆਂ ਵਾਰਦਾਤਾਂ ਹੁੰਦੀਆਂ ਉਹ ਇਹਨਾਂ ਕੋਲ ਰੁਕਦੀਆਂ ਨਹੀਂ, ਇੰਨੀਆਂ ਲੁੱਟਾਂ ਖੋਹਾਂ ਹੁੰਦੀਆਂ ਉਹ ਇਹਨਾਂ ਕੋਲ ਰੁਕਦੀਆਂ ਨਹੀਂ, ਇੰਨੇ ਕਤਲ ਹੁੰਦੇ ਆ ਉਹ ਇਹਨਾਂ ਕੋਲ ਰੁਕਦੇ ਨਹੀਂ, ਅਤੇ ਇਹਨਾਂ ਬੁੱਤਾਂ ਦੀ ਰਾਖੀ ਕਰਨੀ ਜ਼ਿਆਦਾ ਜ਼ਰੂਰੀ ਸੀ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇੱਕ ਸਵਾਲ ਕਰਦਾ ਕਿ 10 ਸਾਲ ਤੁਹਾਡੇ ਕਾਂਗਰਸੀ ਦੁਹਾਈ ਦਿੰਦੇ ਰਹੇ ਕਿ ਸਾਡੇ ਉੱਤੇ 10 ਸਾਲ ਅਕਾਲੀਆਂ ਨੇ ਜਾਲੀ ਪਰਚੇ ਦਰਜ ਕੀਤੇ ਨੇ, ਔਰ ਤੁਸੀਂ ਉਹਨਾਂ ਪਰਚਿਆਂ ਦੇ ਉੱਤੇ ਇੱਕ ਕਮਿਸ਼ਨ ਬਿਠਾਇਆ ਕੈਪਟਨ ਅਮਰਿੰਦਰ ਸਿੰਘ ਜੀ, ਤੁਹਾਡਾ ਇੱਕ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹ ਪਬਲਿਕ ਮੀਟਿੰਗ 'ਚ ਐਡਰੈਸ ਕਰਦਿਆਂ ਕਹਿ ਰਿਹਾ, ਪਬਲਿਕ ਮੀਟਿੰਗ ਦੇ ਵਿੱਚ ਬੋਲਦਿਆਂ ਕਹਿ ਰਿਹਾ ਮਾਈਕ ਦੇ ਉੱਤੇ, ਉਹ ਕਾਕਾ
ਤੇਰੀ ਮੈਂ ਜਾਲੀ ਛੱਬੀ ਦਰਜ ਕਰਾ ਦਿੱਤੀ ਹੈ। ਜਦੋਂ ਇੱਕ ਮੰਤਰੀ ਦੇ ਮੂੰਹ ਇਹੋ ਜਿਹੀਆਂ ਗੱਲਾਂ ਸੋਭਦੀਆਂ ਨੇ, ਤੁਹਾਨੂੰ ਮੈਂ ਪੁੱਛਣਾ ਚਾਹੁੰਦਾ, ਇੱਕ ਮੰਤਰੀ ਕਹੇ ਤੇਰਾ ਮੈਂ ਜਾਲੀ ਪਰਚਾ ਦਰਜ ਕਰਾ ਦਿੱਤਾ, ਹੁਣ ਇਹਨਾਂ ਲੋਕਾਂ ਦੇ ਉੱਤੇ ਕਮਿਸ਼ਨ ਕਦੋਂ ਬਿਠਾਓਗੇ? ਆਮ ਜਨਤਾ ਦੇ ਉੱਤੇ ਪਰਚਾ ਤੇ ਤੁਸੀਂ ਝਾਟੀ ਦੇ ਦਿੰਦੇ ਹੋ। ਆ ਮੈਂ ਦੋ ਲੈਣਾ ਤੁਹਾਡੇ ਲਈ ਕਹਿਣ ਲੱਗਾ ਕਿ ਇਤਨੀ ਆਸਾਨੀ ਸੇ ਮਿਲਤਾ ਨਹੀਂ ਜ਼ਾਲਿਮ ਕਾ ਖਿਤਾਬ, ਇਤਨੀ ਆਸਾਨੀ ਸੇ ਮਿਲਤਾ ਨਹੀਂ ਜ਼ਾਲਿਮ ਕਾ ਖਿਤਾਬ, ਉਸੇ ਕਹਿ ਦੋ ਅਭੀ ਜ਼ੁਲਮੋ ਸਿਤਮ ਔਰ ਕਰੇ। ਇਸ ਮੁੱਦੇ ਦੇ ਉੱਤੇ ਜੇ ਇਹੋ ਜਿਹੇ ਮੁੱਦੇ ਆਉਂਦੇ ਨੇ, ਲੋਕ ਸ਼ਿਕਾਇਤਾਂ ਕਰਦੇ ਨੇ, ਤੇ ਇਹਨਾਂ ਦਾ ਮੌਕੇ ਦੇ ਉੱਤੇ ਹੱਲ ਹੋਣਾ ਚਾਹੀਦਾ। ਕੋਈ ਲੰਬੇ ਚੌੜੇ ਮੁੱਦੇ ਨਹੀਂ ਸੀ, ਸਿਰਫ ਤੇ ਸਿਰਫ ਇਹ ਮੁੱਦੇ ਨਾ ਹੱਲ ਕਰਕੇ ਜਿਹੜੀਆਂ ਤੁਹਾਡੀਆਂ ਸਰਕਾਰ ਦੀਆਂ ਨਾਕਾਮੀਆਂ, ਚਾਹੇ ਉਹ ਪੰਜਾਬ ਸਰਕਾਰ ਹੈ ਚਾਹੇ ਉਹ ਕੇਂਦਰ ਸਰਕਾਰ ਹੈ, ਇਹੋ ਜਿਹੇ ਮੁੱਦੇ ਭੜਕਾ ਕੇ ਇਹਨਾਂ ਦੇ ਉੱਤੋਂ ਧਿਆਨ ਹਟਾਇਆ ਜਾਂਦਾ। ਇਹਨਾਂ ਚੀਜ਼ਾਂ 'ਤੇ ਮੈਂ ਲੋਕਾਂ ਨੂੰ ਵੀ ਕਹਿੰਦਾ, ਗੌਰ ਕਰੋ ਔਰ ਕੈਪਟਨ ਸਾਹਿਬ, ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲਓ, ਲੋਕਾਂ ਦਾ ਦਿਲ ਨਾ ਦਿਖਾਓ। ਲੋਕਾਂ ਦੇ ਸਬਰ ਦਾ ਬੰਨ ਟੁੱਟ ਚੁੱਕਾ ਜੇ ਤੁਸੀਂ ਜਨਤਾ ਦਾ ਦਿਲ ਦਿਖਾ ਰਹੇ ਹੋ। ਔਰ ਬਾਬਾ ਬੁੱਲੇ ਸ਼ਾਹ ਲਿਖਦੇ ਆ ਕਿ ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੋਈ ਢਹਿੰਦਾ, ਪਰ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਦੇ ਵਿੱਚ ਰਹਿੰਦਾ। ਮੇਰੀ ਇਹ ਮੰਗ ਹੈ ਕਿ 307 ਜਿਹੜੀ ਹੈ ਉਹ ਛੇਤੀ ਤੋਂ ਛੇਤੀ ਉਹਨਾਂ ਨੌਜਵਾਨਾਂ ਤੋਂ ਹਟਾਈ ਜਾਵੇ। ਇਸ ਮਾਮਲੇ ਤੇ ਸਿਆਸਤ ਨੇ ਜ਼ੋਰ ਫੜਿਆ ਹੋਇਆ। ਸਿਆਸਤਦਾਨਾਂ ਨੇ ਆਪੋ ਆਪਣੇ ਬਿਆਨੀ ਤੀਰਾਂ ਨਾਲ ਸਰਕਾਰ ਦੀਆਂ ਨੀਤੀਆਂ ਦੀ ਖੂਬ ਭੰਡਣੀ ਕੀਤੀ। ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪੋ ਆਪਣੇ ਤਰਕ ਦਿੱਤੇ ਗਏ। ਇਸ ਬਾਰੇ ਸਾਡੀ ਟੀਮ ਨੇ ਰਾਜਨੀਤਿਕ ਨੇਤਾਵਾਂ ਨਾਲ ਵੀ ਗੱਲ ਕੀਤੀ। ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਕੰਪਲੈਕਸ, ਹੈਰੀਟੇਜ ਸਟਰੀਟ ਹੈ, ਉਹਦੇ ਤੇ ਜਿਹੜੇ ਸਟੈਚੂਜ਼ ਲਾਏ ਸੀ, ਜਿਹੜੇ ਬੁੱਤ ਲਾਏ ਸੀਗੇ, ਉਹਦੇ ਬਾਰੇ ਨੌਜਵਾਨਾਂ ਨੇ ਜਾ ਕੇ ਔਰ ਕੁਛ ਸਿੱਖ ਜਿਹੜੇ ਚਿੰਤਿਤ ਲੋਕ ਸੀਗੇ, ਉਹਨਾਂ ਨੇ ਇਸ ਨੂੰ ਬੁਰਾ ਮਨਾਇਆ ਕਿ ਇਹ ਜਿਹੜਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਹੈਰੀਟੇਜ ਸਟਰੀਟ ਆ, ਵਿਸ਼ਵ ਭਰ 'ਚੋਂ ਇੱਥੇ ਟੂਰਿਸਟ ਆਉਂਦੇ ਨੇ ਔਰ ਆਪਣੀ ਭਾਵਨਾਵਾਂ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਦੇ ਨੇ, ਉੱਥੇ ਭੰਗੜੇ ਦੇ ਜਾਂ ਗਿੱਧੇ ਦੇ ਸਟੈਚੂ ਲਾਉਣ ਦੀ ਬਜਾਏ ਅਗਰ ਉੱਥੇ ਜਿਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਆਪਣੇ ਸੂਬੇ ਲਈ, ਆਪਣੀ ਕੌਮ ਵਾਸਤੇ, ਆਪਣੇ ਇਤਿਹਾਸ ਵਿੱਚ ਬਹੁਤ ਸਾਰੇ ਬਹਾਦਰ ਲੋਕ ਨੇ, ਭਾਈ ਜੈਤਾ ਜੀ ਦਾ ਨਾਮ ਆਉਂਦਾ ਵਾ, ਜਾਂ ਔਰਤਾਂ ਵਿੱਚੋਂ ਮਾਈ ਭਾਗੋ ਜੀ ਦਾ ਨਾਮ ਆਉਂਦਾ, ਜਿਨ੍ਹਾਂ ਨੇ ਮਨੁੱਖਤਾ ਲਈ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਅਗਰ ਫਰਜ਼ ਕਰੋ ਉਹਨਾਂ ਦੇ ਸਟੈਚੂਜ਼ ਲੱਗੇ ਹੁੰਦੇ ਤਾਂ ਇਟ ਬਿਕਮਸ ਅ ਸੋਰਸ ਆਫ ਇੰਸਪੀਰੇਸ਼ਨ ਫੋਰ ਵਿਜ਼ਿਟਰਸ, ਫੋਰ ਦ ਯੂਥ, ਫੋਰ ਪੀਪਲ ਐਟ ਲਾਰਜ। ਲੇਕਿਨ ਗਵਰਨਮੈਂਟ ਨੇ ਜਾਂ ਮਿਊਂਸੀਪਲ ਕਾਰਪੋਰੇਸ਼ਨ ਨੇ, SGPC ਨੇ ਉਹ ਜਿਹੜੇ ਬੁੱਤ ਲਾਏ ਸੀ ਤਾਂ ਪਿਛਲੇ ਕੁਛ ਦਿਨਾਂ 'ਚ ਕੁਛ ਲੋਕਾਂ ਨੇ ਪਹਿਲਾਂ ਤਾਂ ਮੰਗ ਕੀਤੀ, ਜਦੋਂ ਨਹੀਂ ਮੰਗ ਪੂਰੀ ਹੁੰਦੀ ਤਾਂ ਉਹਨਾਂ ਨੇ ਜਾ ਕੇ ਉਹਨਾਂ ਦੇ ਬੁੱਤਾਂ ਦੇ ਪਲੈਟਫਾਰਮ ਨੂੰ ਥੋੜ੍ਹਾ ਜਿਹਾ ਡੈਮੇਜ ਕੀਤਾ। ਪੰਜਾਬ ਸਰਕਾਰ ਨੇ ਜਾਂ ਅੰਮ੍ਰਿਤਸਰ ਪੁਲਿਸ ਨੇ 307 ਦੇ ਪਰਚੇ ਦਰਜ ਕਰਤੇ 7-8 ਨੌਜਵਾਨਾਂ ਦੇ ਉੱਤੇ, ਫੜ ਕੇ ਅੰਦਰ ਦੇ ਦਿੱਤੇ। ਇੱਕ ਸ਼ਾਇਦ ਕੱਲ੍ਹ ਨੌਜਵਾਨ DGP ਦੇ ਪੇਸ਼ ਹੋਇਆ। ਬਹਿਬਲ ਕਲਾਂ ਦੇ ਵਿੱਚ 2015 'ਚ ਗੋਲੀ ਚੱਲੀ ਸੀਗੀ, ਦੋ ਸਿੱਖ ਨੌਜਵਾਨ ਮਾਰੇ ਗਏ, ਪੁਲਿਸ ਦੀ ਯੂਨੀਫਾਰਮ ਲੋਕਾਂ ਨੇ ਉੱਥੇ ਗੋਲੀ ਚਲਾਈ ਸੀ, ਉਹਦਾ ਤਾਂ ਅੱਜ ਤੱਕ ਕਿਸੇ ਨੇ FIR ਨਹੀਂ ਦਰਜ ਕੀਤੀ। ਉਹਦੇ 'ਤੇ ਕਿੰਨਾ ਵਿਵਾਦ ਉੱਠਿਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਬੈਠਿਆ, ਕਿੰਨੀਆਂ ਰਿਕਮੈਂਡੇਸ਼ਨਸ ਆਈਆਂ, ਇੱਕ ਪਹਿਲਾਂ ਵੀ ਕਮਿਸ਼ਨ ਬਣਾਇਆ ਗਿਆ ਸੀਗਾ, ਉਹ FIR ਦਰਜ ਕਰਨ ਤੋਂ ਤਾਂ ਬੜਾ ਗੁਰੇਜ਼ ਕਰਦੀ ਸੀ ਪੰਜਾਬ ਸਰਕਾਰ। ਲੇਕਿਨ ਇੱਥੇ ਮਹਿਜ਼ ਇੱਕ ਪਲੈਟਫਾਰਮ ਦੀ ਭੰਨ ਤੋੜ ਹੋਈ ਆ, ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ 307 ਦਾ ਪਰਚਾ ਦਰਜ ਜਿਹੜਾ ਕੀਤਾ ਉਹ ਮੈਂ ਸਮਝਦਾ ਗਲਤ ਹੈ। ਉਹਨਾਂ ਨੌਜਵਾਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਵਾ। ਔਰ ਪੰਜਾਬ ਸਰਕਾਰ ਪੋਪੂਲਰ ਸੈਂਟੀਮੈਂਟ ਨੂੰ ਮੰਨਦੇ ਹੋਏ ਇਹਨਾਂ ਸਟੈਚੂਜ਼ ਨੂੰ ਕਿਸੇ ਐਮੀਨੈਂਟ ਪਰਸਨੈਲਿਟੀਜ਼, ਜਿਹਨਾਂ ਲੋਕਾਂ ਨੇ ਇਸ ਜੱਦੋਜਹਿਦ ਕੀਤੀ, ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਅਗਰ ਤੁਸੀਂ ਲਾਓਗੇ ਤਾਂ ਜਦੋਂ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ, ਉਹਨਾਂ ਦੀ ਰਾਹ ਦੇ ਵਿੱਚ ਜਦੋਂ ਦੇਖਣਗੇ ਉਹਨਾਂ ਦੇ ਚਿੰਨ, ਉਹਨਾਂ ਦੀਆਂ ਨਿਸ਼ਾਨੀਆਂ, ਤਾਂ ਕਿਤੇ ਨਾ ਕਿਤੇ ਆਪਣੇ ਮਨ ਵਿੱਚ ਉਹਨਾਂ ਉਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਸਤੇ ਉਹ ਪ੍ਰੇਰਿਤ ਹੋਣ। ਮੈਂ ਸਮਝਦਾ ਕਿ ਹਰ ਇਸ਼ੂ ਦੇ ਉੱਤੇ ਵਿਵਾਦ ਨਹੀਂ ਹੋਣਾ ਚਾਹੀਦਾ,
ਇਸ ਕਰਕੇ ਜਿਹੜੀ ਹੈਰੀਟੇਜ ਸਟਰੀਟ ਆ ਉਹਦੀ ਵਰਲਡ ਵਾਈਡ ਬਹੁਤ ਤਾਰੀਫ ਹੋਈ ਹੈ, ਲੋਕਾਂ ਨੇ ਉੱਥੇ ਜਿਹੜੀ ਹੈ ਕਾਫੀ ਚੀਜ਼ਾਂ ਨੂੰ ਪਸੰਦ ਕੀਤਾ। ਹੁਣ ਜੇ ਇੱਕ ਇਸ਼ੂ ਨੂੰ ਲੈ ਕੇ ਕੁਛ ਬੰਦਿਆਂ ਦਾ ਇਤਰਾਜ਼ ਆ ਤਾਂ ਮੈਂ ਸਮਝਦਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਨਾਲੋਂ ਬੈਠ ਕੇ ਮਸਲੇ ਹੱਲ ਕਰਨੇ ਚਾਹੀਦੇ। ਪਹਿਲੇ ਤਾਂ ਗੱਲ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਨ੍ਹਾਂ ਲੋਕਾਂ ਦਾ ਇਤਰਾਜ਼ ਆ ਉਹਨਾਂ ਨੂੰ ਬੁਲਾ ਲਵੇ, ਬੁਲਾ ਕੇ ਆਪਣਾ ਪੱਖ ਉਹਨਾਂ ਅੱਗੇ ਰੱਖ ਦੇਵੇ, ਉਹਨਾਂ ਦਾ ਪੱਖ ਸੁਣ ਲਵੇ। ਦੂਜੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਹੈ, ਸਿੰਘ ਸਾਹਿਬ ਉੱਥੇ ਹੈ, ਕੋਈ ਉਹਨਾਂ ਦਾ ਜੋ ਵਿਊ ਪੁਆਇੰਟ ਹੈਗਾ ਉਹ ਕੋਈ ਲੈ ਲਵੇ, ਕਿਉਂਕਿ ਹਰ ਗੱਲ ਨੂੰ ਵਿਵਾਦ 'ਚ ਪਾ ਕੇ ਮਸਲੇ ਕਦੀ ਵੀ ਹੱਲ ਨਹੀਂ ਹੁੰਦੇ। ਪਹਿਲਾਂ ਤਾਂ ਇੰਨੇ ਸਾਲ ਕੋਈ ਰੌਲਾ ਪਿਆ ਨਹੀਂ, ਜੇ ਹੁਣ ਕੋਈ ਇਸ਼ੂ ਹੈ ਤਾਂ ਮੌਕੇ ਦੀ ਗਵਰਨਮੈਂਟ 'ਤੇ ਡਿਊਟੀ ਬਣਦੀ ਕਿ ਅੱਖਾਂ ਬੰਦ ਕਰਕੇ ਨਾ ਬੈਠੇ, ਹਰ ਇੱਕ ਗੱਲ ਦਾ ਹੱਲ ਹੁੰਦਾ। ਪ੍ਰਸ਼ਾਸਨ ਨੂੰ ਉੱਥੇ ਕਾਹਦੇ ਵਾਸਤੇ ਬੈਠਾ, ਪ੍ਰਸ਼ਾਸਨ ਉਹਨਾਂ ਨੂੰ ਬੁਲਾਵੇ ਬੈਠ ਕੇ। ਕੋਈ ਵੀ ਚੀਜ਼ ਹੈ ਜਦੋਂ ਤੁਸੀਂ ਬੈਠ ਕੇ ਵਿਚਾਰੋਗੇ ਤੁਹਾਨੂੰ ਇੱਕ ਦੂਜੇ ਦਾ ਵਿਊ ਪੁਆਇੰਟ ਸਮਝਣ ਦਾ ਵੀ ਮੌਕਾ ਮਿਲਦਾ ਔਰ ਉਹਨਾਂ ਦੇ ਵਿੱਚੋਂ ਬੈਠ ਕੇ ਕੋਈ ਨਾ ਕੋਈ ਸਾਰਥਕ ਹੱਲ ਵੀ ਨਿਕਲੋ। ਨਾ ਤਾਂ ਕਿਸੇ ਨੂੰ ਅੰਦਰ ਦੇਣਾ ਹੀ ਕਿਸੇ ਦਾ ਹੱਲ ਹੁੰਦਾ ਕਦੀ, ਕਿਉਂਕਿ ਜ਼ਿਆਦਾ ਦੇਰ ਇਹਦੇ ਨਾਲ ਕੋਈ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ, ਹਮੇਸ਼ਾ ਉਲਝਦੀਆਂ, ਔਰ ਨਾ ਹੀ ਆਪ ਕਿਸੇ ਨੂੰ ਕਾਨੂੰਨ ਹੱਥ 'ਚ ਲੈ ਕੇ ਕਦੀ ਮਸਲਾ ਹੱਲ ਹੁੰਦਾ। ਮਸਲੇ ਹਮੇਸ਼ਾ ਹੀ ਜਿਹੜੇ ਵੱਡੇ ਵੱਡੇ ਨੇ ਉਹ ਬੈਠ ਕੇ ਹੱਲ ਹੋ ਜਾਂਦੇ। ਇਸ ਕਰਕੇ ਸਾਨੂੰ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਇਹਦੇ ਵਿੱਚ ਇਤਰਾਜ਼ ਨਹੀਂ ਆ। ਮੌਕੇ ਦੀ ਸਰਕਾਰ ਨੇ ਫੈਸਲਾ ਲੈਣਾ, ਉੱਥੇ SGPC ਨਾਲ ਸਲਾਹ ਕਰ ਲਵੇ, ਸਿੰਘ ਸਾਹਿਬ ਤੋਂ ਜਿਹੜੀ ਹੈ ਉਹਨਾਂ ਦਾ ਲੈ ਲਵੇ ਕਿ ਕੀ ਵਿਊ ਪੁਆਇੰਟ ਆ। ਜਿਹੜੀਆਂ ਕੋਈ ਜਥੇਬੰਦੀਆਂ ਇਤਰਾਜ਼ ਕਰਦੀਆਂ ਉਹਨਾਂ ਨਾਲ ਬੈਠ ਜਾਣ, ਹੋ ਸਕਦਾ ਪ੍ਰਸ਼ਾਸਨ ਸੁਣ ਕੇ ਉਹਨਾਂ ਨੂੰ ਸਮਝਾ ਦਿੰਦਾ, ਉਹ ਮੰਨ ਜਾਂਦੇ, ਜਾਂ ਜੇ ਉਹਨਾਂ ਦੀ ਗੱਲ 'ਚ ਵਜਨ ਲੱਗਦਾ ਤਾਂ ਪ੍ਰਸ਼ਾਸਨ ਕਾਰਵਾਈ ਕਰ ਦਿੰਦਾ। ਮੇਰੇ ਗੱਲ 'ਚ ਅਤੇ ਉਹਨਾਂ ਦੀਆਂ ਗੱਲ 'ਚ ਕੋਈ ਫਰਕ ਨਹੀਂ ਹੈ, ਕਿਉਂਕਿ ਸੁਣਦਾ ਕੋਈ ਨਹੀਂ। ਇੱਥੇ ਕਿਸੇ ਦੇ ਇਸ ਵੇਲੇ ਹਾਲਾਤ ਇੱਦਾਂ ਦੇ ਹੋ ਗਏ ਆ, ਇੱਦਾਂ ਦੇ ਮਸਲੇ ਕਈ ਵਾਰੀ ਸਰਕਾਰਾਂ 'ਚ ਉੱਠਦੇ ਆ, ਲੇਕਿਨ ਸਮਝਦਾਰ ਸਰਕਾਰ ਉਹੀ ਹੁੰਦੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਸਮਝ ਕੇ ਬੈਠ ਕੇ ਮਸਲਾ ਹੱਲ ਕਰ। ਦੇਖੋ ਇਹ ਜਿਹੜੇ ਬੁੱਤ ਬਣੇ ਨੇ, ਇੱਕ ਅੱਜ ਤਾਂ ਬਣੇ ਨਹੀਂ, ਇਹਨਾਂ ਨੂੰ ਕਈ ਸਾਲ ਹੋ ਗਏ ਬਣਿਆਂ ਨੂੰ, ਅਤੇ ਜਿਹੜੀ ਉਹਨਾਂ ਨੇ ਉੱਥੇ ਮਤਲਬ ਸੜਕਾਂ ਚੌੜੀਆਂ ਕੀਤੀਆਂ, ਲੋਕਾਂ ਦੀ ਆਵਾਜਾਈ ਵਾਸਤੇ ਸਾਧਨ ਜਿਹੜੇ ਆ ਉਹ ਬਿਹਤਰ ਕੀਤੇ, ਖੁੱਲ੍ਹਾ ਕਰਤਾ ਸਾਰਾ ਏਰੀਆ, ਅਤੇ ਹੁਣ ਦਰਬਾਰ ਸਾਹਿਬ ਪਹੁੰਚਣ ਵਾਸਤੇ ਜੋੜੇ ਲਾ ਕੇ ਜੋੜਾ ਘਰ 'ਚ ਰੱਖਣ ਵਾਸਤੇ, ਜਾਂ ਲੋਕ ਜਿਹੜੇ ਅੰਦਰੋਂ ਬਾਹਰ ਆ ਕੇ ਕਿਤੇ ਬੈਠਣਾ ਚਾਹੁੰਦੇ ਆ, ਉਹਦੇ ਵਾਸਤੇ ਇੰਨੀ ਵਧੀਆ ਸੋਹਣੀ ਖੁੱਲ੍ਹੀ ਜਗ੍ਹਾ ਕਰਤੀ ਸੀ ਕਿ ਉਹਦੇ ਵਿੱਚ ਜੇ ਉਹਨੂੰ ਸਿਰਫ ਉਸੇ ਤਰ੍ਹਾਂ ਰੱਖ ਦਿੰਦੇ ਤਾਂ ਉਹਦੀ ਯੂਟੀਲਾਈਜੇਸ਼ਨ ਜਗ੍ਹਾ ਦੀ ਪ੍ਰੋਪਰ ਨਹੀਂ ਸੀ ਹੁੰਦੀ। ਜਿਹੜਾ ਇਹਨਾਂ ਨੇ ਬਹਾਨਾ ਲਾਇਆ ਹੈਗਾ ਵੀ ਕਿਉਂਕਿ ਉਹ ਗੁਰੂ ਆਪਣਾ ਗੁਰੂ ਘਰ ਦਾ ਪਰਿਸਰ ਹੈ, ਹਰਿਮੰਦਰ ਸਾਹਿਬ ਦਾ ਪਰਿਸਰ ਹੈ, ਉਹਦੇ ਵਿੱਚ ਜਿਹੜੇ ਇਹ ਬੁੱਤ ਹੈਗੇ ਆ ਆਪਣੇ ਭੰਗੜੇ ਵਾਲੇ ਅਤੇ ਗਿੱਧੇ ਵਾਲੇ ਜਿਹੜੇ ਇਹ ਨਹੀਂ ਲੱਗਣੇ ਚਾਹੀਦੇ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਵਜ੍ਹਾ ਉਹਦੀ ਇਹ ਹੈ ਬਈ ਜਿਹੜਾ ਗਿੱਧਾ ਭੰਗੜਾ ਹੈ ਉਹ ਪੰਜਾਬ ਅਤੇ ਪੰਜਾਬੀਅਤ ਨੂੰ ਇੰਟਰਨੈਸ਼ਨਲੀ ਦਰਸਾਉਂਦਾ, ਸਾਡਾ ਉਹ ਲੋਕ ਨਾਚ ਹੈ, ਔਰ ਉਹਨਾਂ ਦੇ ਬੁੱਤ ਜੇ ਲਾਏ ਉੱਥੇ ਤਾਂ ਉਹਦੇ ਨਾਲ ਟੂਰਿਸਟ ਅਟਰੈਕਸ਼ਨ ਵੱਧਦੀ ਹੈ, ਔਰ ਉਹ ਬਾਹਰ ਨੇ, ਹਰਿਮੰਦਰ ਸਾਹਿਬ ਪਰਿਸਰ 'ਚ ਨਹੀਂ ਹੈ ਉਹ ਬਾਹਰ ਨੇ, ਔਰ ਇੱਥੋਂ ਤੱਕ ਹੈ ਵੀ ਇੰਨੀ ਕੁ ਦੂਰ ਨੇ ਉਹ ਵੀ ਹਰਿਮੰਦਰ ਸਾਹਿਬ ਦਾ ਜਿਹੜਾ ਗੇਟ ਹੈ ਮੇਨ ਗੇਟ ਦੇ ਏਰੀਏ ਦੇ ਨੇੜੇ ਤੇੜੇ ਕੋਈ ਵੀ ਬੁੱਤ ਨਹੀਂ ਹੈ, ਇੱਕ ਸਾਈਡ ਦੇ ਪਾਸੇ ਬਾਹਰ ਜਿੱਥੇ ਆਪਣੀ ਪਾਰਕਿੰਗ ਬਣਾਈ ਹੋਈ ਹੈ ਉਸ ਤੋਂ ਬਸ ਬਾਹਰ ਨਿਕਲਦੇ ਸਾਰ ਹੀ ਉਹ ਜਿਹੜਾ ਸਕੁਆਇਰ ਬਣਿਆ ਹੋਇਆ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੱਗੇ ਹੋਏ ਆ, ਮਹਾਰਾਜਾ ਰਣਜੀਤ ਸਿੰਘ ਦਾ ਲੱਗਿਆ ਹੋਇਆ। ਮੈਨੂੰ ਤਾਂ ਨਹੀਂ ਸਮਝ ਆਉਂਦੀ ਵੀ ਜੇ ਉਹ ਬੁੱਤ ਜਿਹੜੇ ਹੈ, ਅੱਛਾ ਉਹਨਾਂ ਨੂੰ ਤੋੜਿਆ ਤੁਸੀਂ ਉਹਨਾਂ ਦਾ ਬੇਸ ਤੋੜੀ ਜਾਂਦੇ ਆ, ਕਿਉਂਕਿ ਉਹ ਬੁੱਤ ਜਿਹੜੇ ਆ ਉਹ ਮੈਟਲ ਦੇ ਨੇ, ਟੁੱਟ ਤਾਂ ਸਕਦੇ ਨੇ, ਅਤੇ ਫਿਰ ਪਿਛਲੇ 3-4 ਸਾਲਾਂ ਤੋਂ ਜਦੋਂ ਦੇ ਲੱਗੇ ਆ ਉਦੋਂ ਕਿਉਂ ਨਹੀਂ ਤੁਹਾਨੂੰ ਲੱਗਿਆ ਵੀ ਇਹ ਭਾਈ ਇਹ ਬੁੱਤ ਜਿਹੜੇ ਆ ਤੋੜ ਦੇਣੇ ਚਾਹੀਦੇ ਆ, ਜਾਂ ਤੁਸੀਂ ਆਵਾਜ਼ ਸੁਣੀ ਚਾਹੀਦੀ ਵੀ ਬੁੱਤ ਇੱਥੋਂ ਰਿਪਲੇਸ ਕਰੋ? ਹੁਣ ਕੀ ਹੋ ਗਿਆ? ਇਹ ਜਿਹੜੇ ਕੁਛ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਆਪਦੀ TRP ਵਾਸਤੇ ਜਾਂ ਕੁਛ ਨਾ ਕੁਛ ਇਹੋ ਜਿਹਾ ਲੋਕਾਂ ਦੀ ਚੱਕ ਚਾ ਕੇ ਕਰਦੇ ਆ,
ਮੇਰੇ ਹਿਸਾਬ ਨਾਲ ਜਿਹੜੇ ਮੁੰਡਿਆਂ ਨੇ ਉਹ ਤੋੜਿਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀਗਾ, ਔਰ ਸਰਕਾਰ ਨੂੰ ਵੀ ਚਾਹੀਦਾ ਵੀ ਉਹਨਾਂ ਨੂੰ ਛੱਡ ਦੇਣ, ਕਿਉਂਕਿ ਉਹ ਗੁੰਮਰਾਹ ਹੋਏ ਵੇ ਕਿਸੇ ਦੀ ਚੱਕ ਚ ਆਏ ਵੇ, ਉਹ ਬੱਚਿਆਂ ਨੇ ਥੋੜੀਆਂ ਲੈ ਕੇ ਤੋੜਤਾ ਉੱਥੇ, ਅਤੇ ਉਹਦੇ 'ਚ ਕਸੂਰ ਉਹਨਾਂ ਦਾ ਨਹੀਂ ਹੈ, ਇਨਕੁਆਇਰੀ ਕਰਕੇ ਉਹਨਾਂ ਨੂੰ ਫੜਨਾ ਚਾਹੀਦਾ ਜਿਹੜੇ ਉਹਨਾਂ ਦੇ ਪਿੱਛੇ ਆ, ਜਿਹਨਾਂ ਨੇ ਸ਼ਰਾਰਤ ਕਰਵਾਈ ਹੈ। ਇਸ ਮਾਮਲੇ 'ਤੇ ਸਾਡੀ ਟੀਮ ਨੇ ਸਿੱਖ ਚਿੰਤਕਾਂ ਨਾਲ ਵੀ ਗੱਲ ਕੀਤੀ, ਜਾਣਦੇ ਹਾਂ ਇਸ ਮਾਮਲੇ 'ਤੇ ਉਹਨਾਂ ਦੀ ਕੀ ਪ੍ਰਤੀਕਿਰਿਆ। ਬੁੱਤ ਢਾਣਾ ਤਾਂ ਬਾਅਦ ਦੀ ਗੱਲ, ਸਭ ਤੋਂ ਪਹਿਲਾਂ ਤਾਂ ਜਿਹੜੇ ਸੁਖਬੀਰ ਬਾਦਲ ਨੇ ਬੁੱਤ ਲਵਾਏ ਆ ਉਹੀ ਬੜੀ ਮੰਦਭਾਗੀ ਗੱਲ ਸੀ, ਕਿ ਉਹ ਬੁੱਤਾਂ ਨੂੰ ਦਰਬਾਰ ਸਾਹਿਬ ਦੀ ਜਿਹੜਾ ਰਸਤਾ ਹੈਗਾ ਉਹਦੇ ਰਾਹ ਦੇ ਵਿੱਚ ਮਤਲਬ ਯਾਤਰੂਆਂ ਦਾ ਅਤੇ ਜਿਹੜਾ ਸ਼ਰਧਾਲੂ ਉੱਥੇ ਮੱਥਾ ਟੇਕਣ ਜਾਂਦਾ ਹੈ ਉਹਦੀ ਬਿਰਤੀ ਨੂੰ ਖਰਾਬ ਕਰਨ ਲਈ ਉਹ ਲਾਏ ਗਏ ਸੀ, ਅਤੇ ਇਹ ਬਹੁਤ ਪਹਿਲਾਂ ਢਾ ਦੇਣੇ ਚਾਹੀਦੇ ਸੀ। ਇੰਨੀ ਦੇਰ ਇਹਨਾਂ ਨੂੰ ਮਤਲਬ ਬਰਦਾਸ਼ਤ ਨਹੀਂ ਸੀ ਕਰਨਾ ਚਾਹੀਦਾ, ਪਰ ਫਿਰ ਵੀ ਬਹੁਤ ਦੇਰ ਇਹਨਾਂ ਨੂੰ ਬਰਦਾਸ਼ਤ ਕੀਤਾ ਗਿਆ, ਅਤੇ ਅਫਸੋਸ ਦੀ ਗੱਲ ਇਹ ਹੈ ਕਿ ਬਈ ਸਰਕਾਰ ਜਿਹੜੀ ਹੈ ਜ਼ਬਰਦਸਤੀ ਕਰ ਰਹੀ ਹੈ ਬੁੱਤਾਂ ਲਈ, ਕਿ ਇੰਨਾ ਕੀ ਉਹਨਾਂ ਨੇ ਇੱਜ਼ਤ ਦਾ ਸਵਾਲ ਬਣਾਉਣਾ ਕਿ ਅਸੀਂ ਦਰਬਾਰ ਸਾਹਿਬ ਦੇ ਗੇਟ ਮੂਹਰੇ ਬੁੱਤ ਲਾਉਣੇ ਹੀ ਲਾਉਣੇ ਹੈ। ਆਖਰ ਕੀ ਮਤਲਬ ਮਜਬੂਰੀ ਹੈ ਸਰਕਾਰ ਦੀ, ਹਿੰਦੁਸਤਾਨ ਸਰਕਾਰ ਦੀ ਕੀ ਮਜਬੂਰੀ ਹੈ ਕਿ ਸਿੱਖਾਂ ਦੇ ਸਭ ਤੋਂ ਮੁਕੱਦਸ ਥਾਂ ਜਿਹੜੀ ਜਗ੍ਹਾ ਹੈ ਉਹਦੇ ਮੂਹਰੇ ਉਹਨਾਂ ਨੇ ਬੁੱਤ ਲਾਉਣੇ ਹੀ ਲਾਉਣੇ, ਉੱਥੇ ਪੁਲਿਸ ਪਹਿਰਾ ਲਾਇਆ ਹੋਇਆ ਹੈ, ਬੰਦਿਆਂ ਲਈ ਤਾਂ ਪੁਲਿਸ ਪੂਰੀ ਹੈ ਨਹੀਂ, ਅਤੇ ਉੱਥੇ ਮਿੱਟੀ ਦੇ ਬੁੱਤਾਂ ਨੂੰ ਪੁਲਿਸ ਦੇ ਪਹਿਰੇ 'ਚ ਰੱਖਿਆ ਜਾ ਰਿਹਾ ਹੈ। ਗੱਲ ਤਾਂ ਸਿੱਖ ਜਿਹੜਾ ਫਲਸਫਾ ਹੈ ਉਹਦੇ 'ਤੇ ਅਟੈਕ ਕਰਨ ਦੀ ਗੱਲ ਹੈ, ਅਤੇ ਉਹ ਜਿਹੜਾ ਅਟੈਕ ਹੈ ਅਜੇ ਵੀ ਜਾਰੀ ਹੈ ਹਿੰਦੂਆਂ ਵੱਲੋਂ, ਅਤੇ ਜਿਹੜੀ ਹਿੰਦੂ ਮਾਨਸਿਕਤਾ ਹੈਗੀ ਹੈ, ਹਿੰਦੀ ਹਿੰਦੂ ਹਿੰਦੁਸਤਾਨ ਜਿਹੜਾ ਇਹਨਾਂ ਨੇ ਬਣਾਉਣਾ ਹੈ ਉਹਦੇ ਲਈ ਮੈਂ ਕਹਿ ਰਿਹਾ ਇਹ ਕਾਰਵਾਈਆਂ ਸਾਰੀਆਂ ਕੀਤੀਆਂ ਜਾ ਰਹੀਆਂ। ਨਹੀਂ ਤਾਂ ਮਿੱਟੀ ਦੇ ਬੁੱਤ ਉੱਥੋਂ ਚੱਕ ਕੇ ਕਿਤੇ ਹੋਰ ਲਾ ਦੇਣ, ਦੁਰਗਿਆਣਾ ਮੰਦਿਰ ਦੇ ਸਾਹਮਣੇ ਲਾ ਦੇਣ, ਪਰ ਨਹੀਂ ਉਹਨਾਂ ਨੇ ਦਰਬਾਰ ਸਾਹਿਬ ਦੀ ਜਿਹੜੀ ਵਿਸਨਿਟੀ ਆ ਉਸ ਨੂੰ ਖਰਾਬ ਕਰਨਾ ਹੈ। ਕੀ ਕਾਰਨ ਲੱਗਦੇ ਤੁਹਾਨੂੰ ਵੀ ਉਹ ਕਿਉਂ ਜਦੋਂ ਇਹ ਬਣਾਇਆ ਵੀ ਗਿਆ ਗਲਿਆਰਾ ਤਾਂ ਉਸ ਵੇਲੇ ਵੀ ਵਿਰੋਧ ਹੋਇਆ ਸੀਗਾ, ਫਿਰ ਉਸ ਸਮੇਂ ਦੀ ਸਰਕਾਰ ਅਕਾਲੀ ਦਲ ਨੇ ਉਹ ਲਾਏ ਗਏ, ਲਗਾਤਾਰ ਉਹਦਾ ਵਿਰੋਧ ਹੁੰਦਾ ਰਿਹਾ, ਹੁਣ ਵੀ ਜਿਹੜੀਆਂ ਜਥੇਬੰਦੀਆਂ ਦਾ ਕਹਿਣਾ ਆ ਵੀ ਅਸੀਂ ਵਾਰ ਵਾਰ ਜਿਹੜੇ ਮੰਗ ਪੱਤਰ ਦਿੰਦੇ ਰਹੇ ਹਾਂ, ਕੋਈ ਐਕਸ਼ਨ ਨਹੀਂ ਹੋਇਆ, ਸਾਨੂੰ ਮਜਬੂਰ ਹੋ ਕੇ ਜਿਹੜੀ ਇਹ ਕਾਰਵਾਈ ਕਰਨੀ ਪਈ। ਦੇਖੋ ਉਦੋਂ ਲਾਉਣ ਦੇ ਵਿੱਚ ਕਿਉਂਕਿ ਅਕਾਲੀ ਦਲ ਦੀ ਸਰਕਾਰ ਸੀ ਅਤੇ ਸੁਖਬੀਰ ਬਾਦਲ ਦੀ ਛਤਰ ਛਾਇਆ ਹੇਠ ਇਹ ਬੁੱਤ ਲੱਗ ਰਹੇ ਸੀ, ਉਹੀ ਡਿਸਾਈਡ ਕਰ ਰਿਹਾ ਸੀ ਕਿ ਕਿਸ ਟਾਈਪ ਦਾ ਨਚਾਰ ਕਿੱਥੇ ਬਿਠਾਉਣਾ ਹੈ, ਅਤੇ ਇਹ ਜਿਹੜੀ ਇੱਕ ਮੰਦਭਾਗੀ ਗੱਲ, ਉਸ ਕਰਕੇ ਸਿੱਖ ਮਤਲਬ ਡਾਇਰੈਕਟ ਉਹਦੀ ਕਨਫਰੰਟੇਸ਼ਨ 'ਚ ਵੀ ਨਹੀਂ ਸੀ ਆਉਣਾ ਚਾਹੁੰਦੇ ਵੀ ਸਰਕਾਰ ਅਕਾਲੀਆਂ ਦੀ ਸਰਕਾਰ ਹੈ, ਲੇਕਿਨ ਉਹ ਉਹਨਾਂ ਨੂੰ ਸਮਝਣ 'ਚ ਬਹੁਤ ਦੇਰ ਲੱਗ ਗਈ ਕਿ ਵੀ ਉਹ ਅਕਾਲੀਆਂ ਦੀ ਨਹੀਂ ਸੀ ਸਰਕਾਰ, ਉਹ ਸਰਕਾਰ ਜਿਹੜੀ ਹੈ RSS ਦੀ ਉਹ ਸੀਗੀ, ਉਹ ਕਿ ਉਹ RSS ਦਾ ਏਜੰਡਾ ਜਿਹੜਾ ਸੁਖਬੀਰ ਬਾਦਲ ਉਹ ਉਹਨੂੰ ਲਾਗੂ ਕਰ ਰਿਹਾ ਸੀ, ਅਤੇ ਇਹ ਅਫਸੋਸਨਾਕ ਗੱਲ ਉਹਨੇ ਕੀਤੀ ਹੈ ਮੰਦਭਾਗਾ। ਪਤਾ ਨਹੀਂ ਕਿਹੜੇ ਕਦੋਂ ਦਾ ਵੈਰ ਕੱਢ ਰਿਹਾ ਗੁਰੂ ਘਰ ਦੇ ਨਾਲ, ਆਪਾਂ ਸਾਰੀਆਂ ਅਖਬਾਰਾਂ ਪੜ੍ਹ ਹੀ ਰਹੇ ਹਾਂ, ਹੋਰ ਵੀ ਖਬਰਾਂ ਆ ਹੀ ਰਹੀਆਂ ਦਰਬਾਰ ਸਾਹਿਬ ਨਾਲ ਰਿਲੇਟਡ, ਜੋ PTC ਦਾ ਵੀ ਆ ਰਿਹਾ, ਇਹ ਵੀ ਆ ਰਿਹਾ, ਮਤਲਬ ਸਮਝ ਤੋਂ ਬਾਹਰ ਹੈ ਬਈ ਆਖਿਰ ਸੁਖਬੀਰ ਬਾਦਲ ਦੀ ਕੀ ਮਜਬੂਰੀ ਹੈ ਕਿ ਉਹ RSS ਵਾਲਿਆਂ ਦੇ ਨਾਲ ਰਲ ਕੇ ਉੱਥੇ ਬੁੱਤ ਲਵਾ ਰਿਹਾ। ਦੇਖੀਏ ਤਾਂ ਜਿਹੜੀ ਹੁਣ ਵੀ ਸਰਕਾਰ ਹੈ, ਕਾਂਗਰਸ ਦੀ ਸਰਕਾਰ ਹੈ, ਜਿਹੜੀ ਇਹ ਕਾਰਵਾਈ ਹੁੰਦੀ ਤਾਂ ਕਾਰਵਾਈ ਕਰਨ ਵਾਲੇ ਨੌਜਵਾਨਾਂ 'ਤੇ ਤਸ਼ੱਦਦ ਕੀਤਾ ਜਾਂਦਾ ਅਤੇ ਉਹਨਾਂ 'ਤੇ ਧਾਰਾ ਵੀ ਜਿਹੜੀ 307 ਲਾਈ ਜਾ ਰਹੀ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਣਾ ਕਿ ਹਿੰਦੀ ਹਿੰਦੂ ਹਿੰਦੁਸਤਾਨ ਦੀ ਜਿਹੜੀ ਮਾਨਸਿਕਤਾ, ਮਿੱਟੀ ਦੇ ਬੁੱਤ ਤੋੜਨ 'ਤੇ ਵੀ 307 ਲੱਗ ਰਹੀ ਹੈ, ਅਤੇ ਇੱਥੇ ਸਿੱਖਾਂ ਦਾ ਕਤਲੇਆਮ ਬੇਇੰਤਹਾ ਕਤਲੇਆਮ ਕਰਤਾ ਅਤੇ ਉਹਦੇ 'ਚ ਕੁਛ ਵੀ ਨਹੀਂ ਹੋ ਰਿਹਾ। ਜਿਹੜੇ ਸਿੱਖ ਅੰਦਰ ਬੈਠੇ ਆ, ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ, ਉਹ 25-25-30 ਸਾਲ ਤੋਂ ਅੰਦਰ ਬੈਠੇ ਆ, ਅਤੇ ਹਿੰਦੀ ਹਿੰਦੂ ਹਿੰਦੁਸਤਾਨ ਵਾਲੇ ਜਿਹੜੇ ਬੰਦੇ ਆ ਉਹ 6 ਮਹੀਨੇ ਵੀ ਨਹੀਂ ਬੈਠਦੇ, ਉਮਰ ਕੈਦ ਉਹਨਾਂ ਨੂੰ ਵੀ ਸੁਪਰੀਮ ਕੋਰਟ ਕਰਦੀ ਹੈ, ਪਰ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਛੱਡ ਦਿੰਦੀ ਹੈ ਕਿ ਜੀ ਤੁਹਾਡੀ ਪੂਰੀ ਹੋ ਗਈ 6 ਮਹੀਨੇ 'ਚ ਹੀ। ਸੋ ਇਹ ਜਿਹੜਾ ਮਤਲਬ ਭੇਦਭਾਵ ਜਿਹੜਾ ਕੀਤਾ ਜਾ ਰਿਹਾ ਹੈ ਇਹ ਚੰਗਾ ਨਹੀਂ ਹੈ। ਇਹ ਦੂਸਰੇ ਪਾਸੇ ਦੇਖਿਆ ਜਾਵੇ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ, ਇਸ ਮੁੱਦੇ 'ਤੇ ਵੀ ਹੋਰ ਵੀ ਜਿੰਨੇ ਸਿੱਖਾਂ ਨਾਲ ਸੰਬੰਧਿਤ ਮੁੱਦੇ ਉਹਨਾਂ 'ਤੇ ਚੁੱਪ ਬੱਟੀ ਬੈਠੇ ਆ, ਬੁੱਤ ਬਣੀ ਬੈਠੇ ਆ, ਇਹਦਾ ਕੀ ਕਾਰਨ ਲੱਗਦਾ? ਦੇਖੋ ਸ਼੍ਰੋਮਣੀ ਕਮੇਟੀ ਦੇ ਉੱਪਰ ਉਹਨਾਂ ਦਾ ਪੂਰਾ ਕਬਜ਼ਾ, RSS ਦਾ ਪੂਰੀ ਜਕੜ ਉਹਨਾਂ ਨੇ ਬਣਾਈ ਹੋਈ ਹੈ, ਅਤੇ ਉਹ ਸੁਖਬੀਰ ਬਾਦਲ ਦੇ ਰਾਹੀਂ ਬਣਾਈ ਹੈ, ਅਤੇ ਉੱਥੇ ਜਿੰਨੇ ਮੁਲਾਜ਼ਮ ਹੈ ਨਾ, ਮਜੋਰਟੀ ਮੁਲਾਜ਼ਮ ਵੀ 71 ਸਕੂਤਰ ਜੇ ਉਹ ਸਭ ਡਬਲ ਪੇਰੋਲ 'ਤੇ ਆ,
ਉਹ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਵੀ ਤਨਖਾਹਾਂ ਲੈ ਰਹੇ ਹੈ ਅਤੇ ਉੱਧਰ ਉਹ ਹਿੰਦੁਸਤਾਨ ਦੀ ਸਰਕਾਰ ਤੋਂ ਵੀ ਬਹੁਤੇ ਮੁਲਾਜ਼ਮ ਜਿਹੜੇ ਤਨਖਾਹਾਂ ਲੈ ਰਹੇ ਹੈ ਅਤੇ ਉਹ ਡਬਲ ਪੇ 'ਤੇ ਕੰਮ ਕਰ ਰਹੇ ਹੈ ਅਤੇ ਉਹ ਜੋ ਮਤਲਬ ਦਿੱਲੀ ਦਰਬਾਰ ਉਹਨਾਂ ਨੂੰ ਇਸ਼ਾਰਾ ਕਰਦਾ ਉੱਦਾਂ ਦੀਆਂ ਉਹ ਕਾਰਵਾਈਆਂ ਕਰਦੇ ਹੈ ਅਤੇ ਉਹਨਾਂ ਤੋਂ ਉਮੀਦ ਘੱਟ ਹੀ ਹੈ। ਦੂਸਰੇ ਪਾਸੇ ਨਾਲੇ ਦੇਖੀਏ ਤਾਂ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਵੀ ਹਦਾਇਤ ਕੀਤੀ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਅਤੇ ਸਰਕਾਰ ਨੂੰ ਵੀ ਉਹਨਾਂ ਨੇ ਕਿਹਾ ਵੀ ਇਹ 'ਤੇ ਮੁੜ ਵਿਚਾਰ ਜਿਹੜਾ ਕਰ ਲੈਣਾ ਚਾਹੀਦਾ ਕਿ ਸੰਗਤਾਂ ਦੀ ਮੰਗ ਹੈਗੀ ਹੈ ਤਾਂ ਉਹਦੇ 'ਤੇ ਵਿਚਾਰ, ਪਰ ਸਰਕਾਰ ਕਿਤੇ ਨਾ ਕਿਤੇ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਆ ਰਹੀ। ਜਥੇਦਾਰ ਵੀ ਫਾਰਮੈਲਿਟੀ ਉਹ ਕਰ ਰਿਹਾ ਹੈ, ਬਿਆਨ ਨਹੀਂ ਕਰ ਰਿਹਾ, ਮਾੜਾ ਮੋਟਾ ਬਸ ਨਰਮੀ ਦੇ ਵਿੱਚ, ਨਹੀਂ ਤਾਂ ਕੋਈ ਮਤਲਬ ਕੀ ਕਹਿਣਾ ਹੁਣ ਜਥੇਦਾਰ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ। ਸਿੱਖੀ ਵਿੱਚ ਬੁੱਤ ਦਾ ਜਾਂ ਮੂਰਤੀ ਦਾ ਕੋਈ ਸਥਾਨ ਨਹੀਂ ਹੈ, ਪਹਿਲੀ ਗੱਲ ਹੈ। ਉਹ ਬੁੱਤ ਜਿਹੜੇ ਆ, ਮੇਰਾ ਤਾਂ ਮੰਨਣਾ ਆ, ਜਿਵੇਂ ਹੁਣ ਸਾਡੇ ਸੋਸ਼ਲ ਮੀਡੀਆ 'ਤੇ ਜਾਂ ਅਖਬਾਰਾਂ 'ਚ ਆ ਰਿਹਾ ਕਿ ਉੱਥੇ ਸਿੱਖ ਜਰਨੈਲਾਂ ਦੇ ਬੁੱਤ ਲੱਗੇ ਜਾਣ, ਲਾਏ ਜਾਣ, ਮੈਨੂੰ ਲੱਗਦਾ ਕਿ ਸਿਧਾਂਤਕ ਤੌਰ 'ਤੇ ਇਹ ਵੀ ਗੱਲ ਗਲਤ ਹੈ। ਨਹੀਂ, ਬੁੱਤ ਕਿਸੇ ਵੀ ਰੂਪ ਵਿੱਚ ਉੱਥੇ ਨਹੀਂ ਲੱਗਣਾ ਚਾਹੀਦਾ ਜਿਹੜਾ ਵੀ ਕਰ ਰਿਹਾ ਗਿਆ। ਪਹਿਲਾਂ ਸਰਕਾਰ ਨੇ ਬੁੱਤ ਲਾਏ ਹੈ, ਉਹ ਵੀ ਗੈਰ ਸਿਧਾਂਤਕ ਤੌਰ ਉਹਨਾਂ ਦੀ ਕਾਰਵਾਈ ਸੀ, ਔਰ ਖਾਸ ਕਰਕੇ ਪੰਥਕ ਸਰਕਾਰ ਨੇ ਬੁੱਤ ਲਾਏ ਸੀ, ਇਹ ਉਹਨਾਂ ਦਾ ਬਹੁਤ ਜਿਹੜੀ ਉਹਨਾਂ ਨੇ ਕੀਤਾ ਬਹੁਤ ਵਧੀਆ ਕੰਮ ਨਹੀਂ ਸੀ ਕੀਤਾ। ਔਰ ਹੁਣ ਕਿਉਂਕਿ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਤੋੜਿਆ ਹੈਗਾ ਆ, ਤਾਂ ਉਹਨਾਂ ਦੇ ਉੱਤੇ ਉਸ ਤੋਂ ਬਾਅਦ ਜੋ ਸਾਡੀਆਂ ਏਜੰਸੀਆਂ ਜਾਂ ਸਰਕਾਰ ਨੇ ਜੋ ਕੀਤਾ ਉਹ ਵੀ ਬਹੁਤ ਨਿੰਦਣਯੋਗ ਹੈ। ਕਿਉਂਕਿ ਇਸ ਧਰਤੀ ਦੇ ਉੱਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਾਂ ਸਿੱਖ ਸ਼ਹੀਦ ਹੁੰਦੇ ਆ ਜਾਂ ਕੋਈ ਹੋਰ ਜਦੋਂ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਆ, ਉਸ ਟਾਈਮ ਸਰਕਾਰ ਹੈ ਜਿਹੜੀ, ਜਾਂ ਨਸ਼ਿਆਂ ਦੇ ਮਾਮਲੇ 'ਚ ਕੋਈ ਫੜੇ ਜਾਂਦੇ ਲੋਕ ਨੇ ਜ਼ਿੰਮੇਵਾਰ, ਉਸ ਤੋਂ ਉਦੋਂ ਇਸ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਦਿਖਾਉਂਦੀ। ਹੁਣ ਇੱਕ ਬੁੱਤ ਤੋੜਨ ਵਾਸਤੇ ਤਾਂ ਉਹਨਾਂ ਨੇ ਜਿਹੜੇ ਗੰਭੀਰ ਧਰਾਵਾਂ ਲਾ ਕੇ ਬੜੀਆਂ ਜਿਹੜੇ ਆ ਉਹ ਸਖ਼ਤ ਸਜ਼ਾ, ਔਰ ਉਹਨਾਂ ਦੇ ਬੱਚਿਆਂ ਦੇ ਉੱਤੇ ਜਿਹੜਾ ਪੁਲਿਸ ਤਸ਼ੱਦਦ ਵੀ ਕੀਤਾ ਜਾ ਰਿਹਾ, ਜਿੰਨੀਆਂ ਖਬਰਾਂ ਮੀਡੀਆ ਰਾਹੀਂ ਆ ਰਹੀਆਂ ਨੇ ਕਿ ਉਹਨਾਂ ਦੇ ਉੱਤੇ ਉਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ। ਲੇਕਿਨ ਦੂਜੇ ਪਾਸੇ ਜਿਨ੍ਹਾਂ ਨੇ ਜਿਉਂਦੇ ਜਾਂਦੇ ਵਿਅਕਤੀਆਂ ਨੂੰ ਮਾਰਿਆ ਆ ਜਾਂ ਸਮਾਜ ਦੇ ਵਿੱਚ ਬਹੁਤ ਵੱਡਾ ਕ੍ਰਾਈਮ ਕਰ ਰਹੇ ਹੈਗੇ ਲੋਕ ਹੈ, ਉਹਨਾਂ ਦੇ ਬਾਰੇ ਉਹ ਜਿਹੜਾ ਉਸ ਤਰ੍ਹਾਂ ਦੇ ਸਖ਼ਤ ਐਕਸ਼ਨ ਨਹੀਂ ਲਏ ਜਾ ਰਹੇ। ਇਹ ਬਹੁਤ ਅਸੀਂ ਕਹਿੰਦੇ ਵੀ ਨਿੰਦਣਯੋਗ ਕਾਰਵਾਈ ਹੈ। ਦੂਜੀ ਗੱਲ ਅਸੀਂ ਪ੍ਰਸ਼ੰਸਾ ਕਰਦੇ ਹਾਂ ਉੱਥੇ ਰਾਗੀ ਜਿਹੜੀ ਸਭਾ ਹੈਗੀ ਹੈ, ਜਿਹੜੇ ਹਜ਼ੂਰੀ ਰਾਗੀ ਨੇ ਉਹਨਾਂ ਦਾ ਸਹਿਯੋਗ ਦਿੱਤਾ, ਅੱਗੇ ਆਏ ਆ, ਹੋਰ ਵੀ ਜਿਹੜੇ ਆ ਸਿੱਖ ਪੰਥ ਦੇ ਵਿੱਚ ਜਿਹੜੀਆਂ ਸਰਗਰਮ ਧਿਰਾਂ ਨੇ ਉਹ ਉਹਨਾਂ ਦੀ ਹਮਾਇਤ 'ਤੇ ਆਈਆਂ ਨੇ, ਔਰ ਮੈਨੂੰ ਲੱਗਦਾ ਕਿ ਹੈ ਜਿਹੜਾ ਆ ਉਹ ਹਮਾਇਤ ਬਾਕੀ ਸਿੱਖਾਂ ਨੂੰ ਵੀ ਕਰਨੀ ਚਾਹੀਦੀ ਹੈ। ਕਿਉਂਕਿ ਇਹ ਜਿਹੜਾ ਆ ਜਾਗਰ ਘੱਟੋ ਘੱਟ ਜਿਹੜੇ ਪੰਥ ਦੇ ਨਾਂ 'ਤੇ ਵੱਡੀਆਂ ਸੰਸਥਾਵਾਂ 'ਚ ਬੈਠੇ ਲੋਕ ਨੇ, ਜਦੋਂ ਗੈਰ ਸਿਧਾਂਤਿਕ ਕੰਮ ਕਰਦੇ ਆ ਉਹਨਾਂ ਨੂੰ ਘੱਟੋ ਘੱਟ ਅਹਿਸਾਸ ਕਰਵਾਇਆ ਜਾ ਸਕੇ ਕਿ ਤੁਸੀਂ ਜਿਹੜਾ ਇਹ ਕਾਰਵਾਈ ਕੀਤੀ ਆ ਉਹ ਗਲਤ ਕੀਤੀ ਆ। ਜੇ ਆਪਾਂ ਦੇਖੀਏ ਜਿਹੜੇ ਬੁੱਤ ਨੇ ਹਰਿਮੰਦਰ ਸਾਹਿਬ ਦੇ ਨੇੜੇ ਹੈਗੇ ਨੇ, ਪਹਿਲਾਂ ਵੀ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਜਿਹੜੇ ਜਥੇਬੰਦੀਆਂ ਨੇ ਉਹਨਾਂ ਦਾ ਕਹਿਣਾ ਹੈ ਅਸੀਂ ਪਹਿਲਾਂ ਸ਼ਾਂਤਮਈ ਮੰਗ ਪੱਤਰ ਦੇ ਕੇ ਰੋਸ ਕਰਕੇ ਵਾਰ ਵਾਰ ਅਸੀਂ ਇਹ ਕਹਿ ਚੁੱਕੇ ਹਾਂ ਵੀ ਬੁੱਤ ਜਿਹੜੇ ਇੱਥੇ ਠੀਕ ਨਹੀਂ ਹੈ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਨਾ ਪ੍ਰਸ਼ਾਸਨ ਨੇ, ਅਤੇ ਇੱਥੇ ਤੱਕ ਸ਼੍ਰੋਮਣੀ ਕਮੇਟੀ ਦਾ ਹੁਣ ਤੱਕ ਵੀ ਕੋਈ ਵੀ ਬੰਦਾ ਜਿਹੜਾ ਬੋਲਦਾ ਨਹੀਂ ਪਿਆ। ਬਿਲਕੁਲ ਜੀ, ਇਹ ਜਿਹੜਾ ਆ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਜਾਂ ਉਸ ਟਾਈਮ ਦੇ ਜਿਹੜੇ ਸਿੱਖ ਸਿਆਸੀ ਜਮਾਤਾਂ ਨੇ ਸਰਗਰਮ ਨੇ ਜਿਹੜੀਆਂ ਸਿਆਸੀ ਜਮਾਤਾਂ ਉਹ ਸਾਰੀਆਂ ਹੀ ਜਿਹੜੀਆਂ ਮੈਂ ਉਹਨਾਂ ਨੂੰ ਕਿਸੇ ਨਾ ਕਿਸੇ ਪੱਧਰ 'ਤੇ ਜ਼ਿੰਮੇਵਾਰ ਨੇ। ਜਿਹੜੇ ਤਾਂ ਸਤਾ ਸੀ ਉਹ ਤਾਂ ਸਿੱਧੀ ਜ਼ਿੰਮੇਵਾਰ ਹੈ, ਜਿਹੜੇ ਸਤਾ 'ਚ ਨਹੀਂ ਸੀਗੇ ਬਾਹਰ
ਉਹਨਾਂ ਨੇ ਵੀ ਉਸ ਤਰ੍ਹਾਂ ਦਾ ਵਿਰੋਧ ਨਹੀਂ ਜਤਾਇਆ ਜਿਹੜਾ ਉਹਨਾਂ ਨੂੰ ਦਰਜ ਕਰਾਉਣਾ ਚਾਹੀਦਾ ਸੀ ਉਸ ਟਾਈਮ, ਕਿਉਂਕਿ ਉਹ ਜਿਹੜਾ ਆ ਉਹ ਲਾਏ ਗਏ ਔਰ ਕਿਸੇ ਨੇ ਉਸ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ ਗਾ। ਸਗੋਂ ਕਿ ਮੈਂ ਇਹ ਮੈਨੂੰ ਪਤਾ ਹੈ ਕਿ ਜਦੋਂ ਉਹਨਾਂ ਦਿਨਾਂ ਦੇ ਵਿੱਚ ਕੋਈ ਅੰਮ੍ਰਿਤਸਰ ਜਾਂਦੇ ਸੀ ਤਾਂ ਉਹ ਕਹਿੰਦੇ ਲੋਕ ਆਮ ਕਰਕੇ ਸੋਚਦੇ ਸੀਗੇ, ਕਿਉਂਕਿ ਲੋਕਾਂ ਨੂੰ ਧਾਰਮਿਕ ਤੌਰ 'ਤੇ ਕੋਈ ਬਹੁਤ ਵੱਡਾ ਗਿਆਨ ਤਾਂ ਹੈ ਨਹੀਂ ਗਾ। ਉਹਦੇ ਵੀ ਤੁਸੀਂ ਦੇਖਿਆ ਉੱਥੇ ਜਿਹੜੇ ਬੁੱਤ ਲੱਗੇ ਕਿੱਡੇ ਸੋਹਣੇ ਲੱਗੇ ਆ, ਕਿੱਡੇ ਸੋਹਣੇ ਉੱਥੇ ਜਿਹੜੇ ਆ ਉਹ ਬਣਾਏ ਹੋਏ, ਰਸਤਾ ਕਿੱਡਾ ਸਾਫ਼ ਕਰ ਦਿੱਤਾ ਆ, ਕਿੰਨਾ ਸੁੰਦਰ ਕਰ ਦਿੱਤਾ ਆ। ਉਹ ਉਸ ਲੈਵਲ 'ਤੇ ਉਹਨੂੰ ਐਜ ਏ ਡਿਵੈਲਪਮੈਂਟ ਦੇ ਰੂਪ 'ਚ ਵੇਖਦੇ ਸੀ ਵੱਡੇ ਪੱਧਰ 'ਤੇ, ਅਤੇ ਕਿਉਂਕਿ ਅਸੀਂ ਡਿਵੈਲਪਮੈਂਟ ਦਾ ਜਿਹੜਾ ਪਰਿਭਾਸ਼ਾ ਆ ਸਾਡੀ ਉਹੀ ਜਿਹੜੀ ਹੈ ਗਲਤ ਹੈਗੀ ਆ। ਅਸੀਂ ਸਮਝਦੇ ਵੀ ਜਿਹੜਾ ਉੱਥੇ ਵਿਰਾਸਤ ਸੀਗੀ ਪਹਿਲਾਂ ਤਾਂ 1984 ਤੋਂ ਬਾਅਦ ਸੈਂਟਰ ਸਰਕਾਰ ਨੇ ਇਹ ਜਿਹੜਾ ਪ੍ਰੋਜੈਕਟ ਗੁਲਿਆਰੇ ਦਾ ਬਣਾਇਆ ਸੀਗਾ ਇਹੀ ਸਿੱਖ ਵਿਰਾਸਤ ਨੂੰ ਖਤਮ ਕਰਨ ਵਾਲੇ ਸੀ, ਕਿਉਂਕਿ ਗੁਰੂ ਸਾਹਿਬ ਨੇ ਜਿਹੜੀਆਂ ਆਪ ਬਾਜ਼ਾਰ ਬਣਾਏ ਸੀ, ਜਿਹੜੇ ਸਿੱਖ ਰਿਆਸਤਾਂ ਦੇ ਵੇਲੇ, ਸਿੱਖ ਮਿਸਲਾਂ ਦੇ ਵੇਲੇ ਸਿੱਖ ਜਰਨੈਲਾਂ ਨੇ ਜਿਹੜੇ ਉੱਥੇ ਇਮਾਰਤ ਕਰਾਈ ਸੀਗੀ, ਉਹ ਜਿਹੜੀ ਸਿੱਖ ਇਮਾਰਤ ਕਲਾ ਦੀ ਇੱਕ ਅਸੀਂ ਉੱਥੇ ਜਾ ਕੇ ਦੇਖਦੇ ਸੀਗੇ ਉਹ ਖਤਮ ਕੀਤੀਆਂ ਗਈਆਂ। ਪਹਿਲਾਂ ਉਹ ਬਿਲਡਿੰਗਾਂ ਜਿਹੜੀਆਂ ਦਰਬਾਰ ਸਾਹਿਬ ਦੇ ਨੇੜੇ ਉਹ ਖਤਮ ਕੀਤੀਆਂ ਗਈਆਂ, ਮੋਤੀ ਬਜ਼ਾਰ ਜਿਹੜਾ ਮੋਚੀ ਬਾਜ਼ਾਰ ਸੀਗਾ ਉਹ ਖਤਮ ਕੀਤਾ ਗਿਆ। ਇਸ ਤਰ੍ਹਾਂ ਬਹੁਤ ਸਾਰੇ ਹੋਰ ਜਿਹੜੇ ਬਾਜ਼ਾਰ ਸੀ ਉਹ ਗੁਰੂ ਸਾਹਿਬ ਦੀ ਜਿਨ੍ਹਾਂ ਨੂੰ ਦੇਖ ਕੇ ਸਿੱਖ ਰਾਜ ਯਾਦ ਆਉਂਦਾ ਸੀ, ਗੁਰੂ ਕਾਲ ਯਾਦ ਆਉਂਦਾ ਸੀ, ਉਹ ਖਤਮ ਕੀਤਾ ਗਿਆ। ਔਰ ਇਹ ਸਾਰਾ ਕੁਛ ਡਿਵੈਲਪਮੈਂਟ ਦੇ ਨਾਂ 'ਤੇ ਕੀਤਾ ਗਿਆ, ਗਲਿਆਰਾ ਸੁੰਦਰੀਕਰਨ ਦੇ ਨਾਂ 'ਤੇ ਕੀਤਾ ਗਿਆ ਅਤੇ ਪਿੱਛੇ ਪਲਾਜ਼ਾ ਬਣਾਇਆ ਗਿਆ। ਹੁਣ ਪਲਾਜ਼ਾ ਦਾ ਅਤੇ ਧਾਰਮਿਕ ਜਿਹੜੇ ਸਾਡਾ ਵਿਰਾਸਤ ਹੈ ਉਹਦੀ ਅੱਡੋ ਨੇਚਰ ਹੀ ਅੱਡ ਹੈਗੀ ਆ। ਪਲਾਜ਼ਾ 'ਤੇ ਲੋਕ ਹੋਰ ਕਿਸਮ ਦੇ ਲੋਕ ਜਾਂਦੇ ਨੇ ਅਤੇ ਉਹ ਤਾਂ ਸਿੱਖ ਮਨਾਂ ਦੇ ਵਿੱਚ, ਸਿੱਖ ਲੋਕਧਾਰਾ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਹੈ ਉਹ ਅਧਿਆਤਮ ਦਾ ਕੇਂਦਰ ਹੈ, ਸਿੱਖਾਂ ਦੀ ਰਾਜਧਾਨੀ। ਉੱਥੇ ਸਿੱਖ ਨੇ ਜਦੋਂ ਦਰਬਾਰ ਸਾਹਿਬ ਜਾਂਦਾ ਤਾਂ ਉਹਨੂੰ ਪ੍ਰੋਫੈਸਰ ਪੂਰਨ ਸਿੰਘ ਦੇ ਕਹਿਣ ਮੁਤਾਬਕ ਕਿ ਉੱਥੇ ਤਾਂ ਸਿੱਖ ਇੱਕ ਇੱਟ ਹੈ ਜਿਹੜੀ ਉਹਦੇ ਥੱਲੇ ਪਤਾ ਨਹੀਂ ਕਿੰਨੀਆਂ ਸ਼ਹੀਦਾਂ ਦਾ ਅਹਿਸਾਸ ਕਰਦਾ ਜੋ ਸਿੱਖ ਜਾਂਦਾ ਆ। ਤਾਂ ਜਿਹੜੀ ਕਿਉਂਕਿ ਵਿਜ਼ਨ ਵੀ ਹੋਣੀ ਸਾਡੀ ਲੀਡਰਸ਼ਿਪ ਹੈ ਜਿਹੜੀ ਸੱਤਾ 'ਚ ਬੈਠਦੀ ਹੈ ਉਹਨੂੰ ਇਹਦਾ ਪਤਾ ਹੀ ਨਹੀਂ ਹੈਗਾ, ਇਹਦੀ ਅਹਿਮੀਅਤ ਹੀ ਨਹੀਂ ਪਤਾ ਵੀ ਇਹਦੀ ਅਹਿਮੀਅਤ ਕੀ ਹੈ ਦਰਬਾਰ ਸਾਹਿਬ ਦੀ। ਉਹ ਦਰਬਾਰ ਸਾਹਿਬ ਨੂੰ ਇੱਕ ਮਿਊਜ਼ੀਅਮ ਦੀ ਤਰ੍ਹਾਂ, ਅਜਾਇਬ ਘਰ ਦੀ ਤਰ੍ਹਾਂ ਦੇਖਦੀ ਹੈ ਜਿੱਥੇ ਟੂਰਿਸਟ ਆਉਂਦੇ ਆ ਅਤੇ ਉਹਦੇ ਧਿਆਨ 'ਚ ਰੱਖ ਕੇ ਉਹਦੇ ਕਾਰਜ ਆ ਜਿਹੜੇ ਉਹ ਕਰਵਾਉਂਦੀ ਹੈ। ਇਹ ਜਿਹੜੀ ਹੈ ਇਹ ਵਿਜ਼ਨ ਦੀ ਘਾਟ ਕਰਕੇ ਵੀ ਹੋਇਆ ਹੈ ਅਤੇ ਦੂਜੀ ਲਾਪਰਵਾਹੀ ਵੀ ਹੈ ਅਤੇ ਇਹਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਅਵੇਸਲਾਪਣ ਵੀ ਸ਼ਾਮਿਲ। ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਗ੍ਰਿਫਤ ਤੋਂ ਬਾਹਰ ਨੇ। ਦੂਜੇ ਪਾਸੇ ਮੂਰਤੀ ਤੋੜਨ ਵਾਲਿਆਂ 'ਤੇ ਧਾਰਾ 307 ਦਾ ਪਰਚਾ ਦਰਜ ਕੀਤਾ ਗਿਆ, ਜਿਸ 'ਚ ਕਿਧਰੇ ਨਾ ਕਿਧਰੇ ਸਵਾਲ ਪੁਲਿਸ ਪ੍ਰਸ਼ਾਸਨ 'ਤੇ ਖੜ੍ਹੇ ਹੋ ਰਹੇ ਨੇ, ਕਿਧਰੇ ਨਾ ਕਿਧਰੇ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਵਾਲੇ ਮੂਰਤੀਆਂ ਤੋੜਨ ਵਾਲਿਆਂ 'ਤੇ ਵੀ। ਇੱਥੇ ਸਵਾਲ ਇੱਕ ਇਹ ਵੀ ਬਣਦਾ ਕਿ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਣ ਵਾਲੇ ਇਹਨਾਂ ਬੁੱਤਾਂ 'ਚ ਗਲਤ ਕੀ ਦਰਸਾਇਆ ਜਾ ਰਿਹਾ ਸੀ। ਤੁਸੀਂ ਵੀ ਇਸ ਸੰਬੰਧੀ ਆਪਣੀ ਰਾਏ ਦੇ ਸਕਦੇ ਹੋ। ਇਹ ਸੀ ਅੱਜ ਦਾ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ। ਕੱਲ੍ਹ ਫੇਰ ਕਿਸੇ ਅਹਿਮ ਮੁੱਦੇ ਦੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।